बाद मैं बहुत ज़्यादा टॉर्चर करता थान थान थाने दिलवारे बुला रहा। अज यह जिम्मेवार सुखबीर सैकटरी डाला सतनाम मिस्त्री तारी मोटर वाला क्योंकि मेरे घर बार बार सीटियां लेंदा सी आके हूँ इस टाइम प्रदीपपुर सरपंच कितने आ कि नहीं। मोगा जिले के पिंड डाला की मौजूदा सरपंच कुलदीप कौर अज सवेरे अपने पिंड की पानी वाली टैंकी उपर इंसाफ लैन ले चढ़ गई तो सरपंच ने दोष लाया कि उस खिलाफ झूठा केस दर्ज किया गया है जिसनों महिला सरपंच ने खुद अपनी फेसबुक से साझा किया है। इंस्टाग्राम सोशल मीडिया से लैब हुई सरपंच का दोष है कि उसके पिंड के ही कुछ लोगों कमेटियां के संबंध में करीब 7 लाख का लेन देन है जबकि एक दो दिन पहला पुलिस वालों 420 का मामला दर्ज किया गया है ਅਤੇ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਈ ਹੈ ਜਦਕਿ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਤੇ ਸਰਪੰਚ ਕੁਲਦੀਪ ਕੌਰ ਨੂੰ ਵੀ ਹੇਠਾਂ ਉਤਰਨ ਦੀ ਅਪੀਲ ਕਰ ਰਹੀ ਹੈ। ਸਰਪੰਚ ਕੁਲਦੀਪ ਕੌਰ ਅਨੁਸਾਰ 2 ਦਿਨ ਪਹਿਲਾਂ ਧਾਰਾ 420 ਤਹਿਤ ਉਸ ਉੱਪਰ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ। ਜੇ ਨਿਊਜ਼ ਪੰਜਾਬੀ ਲਈ ਮੋਗਾ ਤੋਂ ਜੁਗਿੰਦਰ ਸਿੰਘ ਗਿੱਲ ਦੀ ਰਿਪੋਰਟ। ਮੈਂ ਕੁਲਦੀਪ ਕੌਰ ਸਰਪੰਚ ਪਿੰਡ ਡਾਲਾ ਦੀ ਰਹਿਣ ਵਾਲੀ ਹਾਂ। ਮੈਂ ਜੱਟ ਤੇ ਐਸੀ ਭਾਈਚਾਰੇ ਨਾਲ ਸੰਬੰਧ ਰੱਖਦੀ ਹਾਂ। ਮੈਨੂੰ 2019 ਦੇ ਵਿੱਚ ਸੁਖਬੀਰ ਸਿੰਘ ਪੁੱਤਰ ਗੁਰਦੇਵ ਸਿੰਘ ਸਿੰਘ ਸਨੇਹ ਸੈਕਟਰੀ ਨੇ ਸਰਪੰਚ ਬਣਾਇਆ ਸੀ। ਸਰਪੰਚ ਬਣਾਉਣ ਤੋਂ 2-4 ਦਿਨ ਬਾਅਦ ਹੀ ਕਹਿ ਦਿੱਤਾ ਕਿ ਬੀਬਿਆ ਅਸੀਂ ਤੈਨੂੰ ਸਰਪੰਚ ਆਪਣੇ ਲਈ ਬਣਾਇਆ ਵਾ, ਜੇ ਤੂੰ ਉੱਧਰ ਰਲੇ ਨਹੀਂ ਤਾਂ ਅਸੀਂ ਤੇਰੇ 'ਤੇ ਪਰਚੇ ਦਰਜ ਕਰਾਵਾਂਗੇ। ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ। ਮੈਂ ਚੁੱਪ ਚਾਪ 3 ਸਾਲ ਝੱਲਦੀ ਰਹੀ। ਇਹ ਬੰਦੇ ਨੇ ਮੈਥੋਂ ਲਿਖਤੀ ਰੂਪ 'ਚ ਲੈ ਲਿਆ ਸੀ ਕਿ ਸਾਰੇ ਪਿੰਡ ਦਾ ਜੋ ਵੀ ਕੰਮ ਕਾਰ ਜਾਂ ਗਰਾਂਡ ਆ ਉਹ ਮੈਂ ਹੀ ਲਿਆਊਂਗਾ, ਮੈਂ ਹੀ ਲਾਊਂਗਾ। ਬੀਬਾ ਤੂੰ ਆਪਦਾ ਮਾਸ ਤੋਂ ਕਿ ਆਪਦੀ ਜ਼ਿੰਦਗੀ ਜਿਉਂ ਜ਼ਿੰਦਗੀ ਜਿਉਂ। ਪਰ 3.5 ਸਾਲਾਂ ਬਾਅਦ ਮੇਰੀ ਮੈਂਬਰਾਂ ਦੇ ਨਾਲ ਸਹਿਮਤੀ ਹੋ ਗਈ। ਸਹਿਮਤੀ ਹੋਣ ਤੋਂ ਬਾਅਦ ਇਹ ਬੰਦਾ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗ ਪਿਆ ਕਿ ਤੂੰ ਉਹਨਾਂ ਦੇ ਨਾਲ ਰਲ ਗਈ ਆ, ਸਰਪੰਚ ਤੈਨੂੰ ਅਸੀਂ ਬਣਾਇਆ ਸੀਗਾ, ਅਸੀਂ ਬਣਾਇਆ ਸੀਗਾ। ਮੈਂ ਕਿਸੇ ਨਾਲ ਕੋਈ ਗੱਲ ਸਾਂਝੀ ਨਹੀਂ ਸੀ ਕਰਦੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਸੀਗੀ। ਮੇਰੇ ਬੱਚੇ ਬਹੁਤ ਛੋਟੇ ਹੈਗੇ ਇਸ ਬੰਦੇ ਨੇ ਮੇਰੇ 'ਤੇ ਝੂਠੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ। ਕਦੇ ਮੈਨੂੰ ਕਹਿੰਦਾ ਕਿਸੇ ਤੇਰੀ ਬਾਬੇ ਨਾਲ ਗੱਲ ਕਰਾ ਦੇਵਾਂ ਤੈਨੂੰ 1 ਕਰੋੜ ਰੁਪਇਆ ਬਣ ਜੂਗਾ, ਇੱਕੇ ਵਾਰ 'ਚ ਕੋਠੀ ਪੈ ਜੂਗੀ। ਮੈਂ ਇਹਨੂੰ ਇਹਨਾਂ ਗੱਲਾਂ ਤੋਂ ਮਨ੍ਹਾ ਕਰਦੀ ਰਹੀ ਪਰ ਮੈਨੂੰ ਇਹ ਵਾਰ ਵਾਰ ਕਹਿੰਦਾ ਰਿਹਾ। ਮੈਂ ਆਪਦੀ ਪਾਰਟੀ ਵਾਲੇ ਬੰਦਿਆਂ ਨੂੰ 1-2 ਨਾਲ ਗੱਲ ਸਾਂਝੀ ਕੀਤੀ ਵੀ ਮੈਨੂੰ ਇਹ ਗੱਲਾਂ ਕਰ ਰਿਹਾ। ਉਹ ਕਹਿੰਦੇ ਬੀਬਾ ਤੂੰ ਚੁੱਪ ਕਰ ਲਿਆ, ਇਹਦੇ ਵਿੱਚ ਤੇਰੀ ਬਦਨਾਮੀ ਆ। ਮੈਂ ਉਹਨਾਂ ਦੇ ਪਿੱਛੇ ਰੱਖ ਕੇ ਚੁੱਪ ਚਾਪ ਰਹੀ ਕਿਉਂਕਿ ਇਸ ਤੋਂ ਬਾਅਦ ਬਕਾਇਦਾ ਮੇਰੇ ਕੋਲ ਇਹ ਰਿਕਾਰਡਿੰਗ ਵੀ ਪਈ ਆ ਕਿਉਂਕਿ ਮੈਂ ਰਿਕਾਰਡਿੰਗ ਕਿਸੇ ਨਾਲ ਕਦੇ ਵੀ ਸਾਂਝੀ ਨਾ ਕੀਤੀ। ਮੈਂ ਇਹਦੇ 'ਚ ਆਪਣੀ ਬਦਨਾਮੀ ਸਮਝੀ। ਉਸ ਤੋਂ ਬਾਅਦ ਜਦੋਂ ਇਹ ਵਾਰ ਵਾਰ ਮੈਨੂੰ ਟੋਰਚਰ ਕਰਦਾ ਰਿਹਾ, ਮੇਰਾ ਘਰ ਬਣਾਉਂਦਾ ਸੀਗਾ ਸਤਨਾਮ ਮਿਸਤਰੀ, ਉਹਨੇ ਮੇਰੇ ਚੈੱਕ ਚੋਰੀ ਕਰ ਲਏ, ਸੀਰੇ ਨਾਲ ਸਾਂਝੇ ਕੀਤੇ ਵੀ ਮੈਂ ਉਹਦੇ ਘਰੋਂ ਚੈੱਕ ਚੋਰੀ ਕੀਤੇ ਹੈਗੇ ਆ। ਹੁਣ 5,65,000 ਦਾ ਚੈੱਕ ਸਤਨਾਮ ਮਿਸਤਰੀ ਨੇ ਮੇਰੇ 'ਤੇ ਲਾ ਦਿੱਤਾ, 11.5 ਲੱਖ ਰੁਪਈਏ ਦਾ ਚੈੱਕ ਸੁਖਬੀਰ ਸਿੰਘ ਨੇ ਮੇਰੇ 'ਤੇ ਲਾ ਦਿੱਤਾ। ਚੈੱਕ ਲਾਉਣ ਤੋਂ ਬਾਅਦ ਵੀ ਮੈਂ ਚੁੱਪ ਰਹੀ ਕਿ ਜੋ ਮੈਨੂੰ ਕੋਰਟ ਫੈਸਲਾ ਦੇਊਗਾ ਕੋਰਟ ਦੇ ਵਿੱਚ ਗੱਲਬਾਤ ਹੋਊਗੀ, ਦੇਖ ਲਾਂਗੇ। ਉਸ ਤੋਂ ਬਾਅਦ ਇਹਨੇ ਮੇਰੇ 'ਤੇ ਝੂਠੀਆਂ ਦਰਖਾਸਤਾਂ ਸਤਨਾਮ ਮਿਸਤਰੀ ਤੋਂ ਵੀ ਦਵਾਉਂਦਾ ਰਿਹਾ, ਆਪ ਵੀ ਦਿੰਦਾ ਰਿਹਾ। DSP ਦੇ ਮੈਨੂੰ ਬੁਲਾਇਆ ਗਿਆ। ਜਦੋਂ ਮੈਂ ਉੱਥੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, DSP ਮੋਗਾ ਨੇ ਕਹਿ ਦਿੱਤਾ ਬੀਬਾ ਤੂੰ ਚੁੱਪ ਰਹਿ, ਜੇ ਤੂੰ ਬੋਲੇਂਗੀ ਤਾਂ ਇਹ ਵੀ ਤੈਨੂੰ ਬੋਲੂਗਾ। ਕਿਉਂਕਿ ਮੈਂ ਗੱਲ ਇਹੀ ਕਰਦੀ ਸੀ ਵੀ ਇੱਕ ਪਾਸੇ ਤਾਂ ਮੇਰੇ 'ਤੇ 11.5 ਲੱਖ ਦਾ ਚੈੱਕ ਲਾਇਆ ਹੋਇਆ ਇਸ ਬੰਦੇ ਨੇ, ਇੱਕ ਪਾਸੇ ਮੇਰੇ 'ਤੇ ਝੂਠੀਆਂ ਦਰਖਾਸਤਾਂ ਹੋਰ ਦੇਈ ਜਾਂਦਾ, ਉੱਥੇ ਵੀ ਮੇਰੇ 'ਤੇ ਕੋਈ ਵੀ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ। ਕਰਨ ਤੋਂ ਬਾਅਦ ਫਿਰ ਮੈਂ ਪਰੇਸ਼ਾਨ ਰਹੀ। ਮੈਂ ਕਦੇ ਕਿਸੇ ਨਾਲ ਗੱਲ ਸਾਂਝੀ ਨਹੀਂ ਕਰ ਰਹੀ ਸੀਗੀ ਕਿਉਂਕਿ ਮੈਂ ਮਜਬੂਰ ਘਰ ਦੇ ਵਿੱਚੋਂ ਗਰੀਬ ਸੀਗੀ, ਬੱਚੇ ਛੋਟੇ ਸੀਗੇ, ਪਰੇਸ਼ਾਨੀ 'ਚ ਰਹਿੰਦੀ ਸੀਗੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜੋ ਹੋਊਗਾ ਦੇਖੀ ਜਾਊਗੀ। ਇਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਟੋਰਚਰ ਕਰਦਾ ਸੀਗਾ, ਥਾਂ ਥਾਂ 'ਤੇ ਥਾਣੇ ਦਿਲਵਾਰੇ ਬੁਲਾਉਂਦਾ ਰਿਹਾ। ਅੱਜ ਇਹਦਾ ਜ਼ਿੰਮੇਵਾਰ ਸੁਖਬੀਰ ਸੈਕਟਰੀ ਡਾਲਾ ਸਤਨਾਮ ਮਿਸਤਰੀ ਤਾਰੀ ਮੋਟਰ ਵਾਲਾ ਕਿਉਂਕਿ ਮੇਰੇ ਘਰ ਵਾਰ ਵਾਰ ਸੀਟੀਆਂ ਲੈਂਦਾ ਸੀ ਆ ਕੇ ਹੁਣ ਇਸ ਟਾਈਮ ਪ੍ਰਦੀਪਪੁਰ ਸਰਪੰਚ ਕਿੱਥੇ ਆ ਕਿੱਥੇ ਨਹੀਂ। ਬਈ ਕੀ ਨਾਂ ਤੁਹਾਡੇ? ਜਗਸੀਤ ਸਿੰਘ। ਜਿਹੜੇ ਟੈਂਕੀ ਦੇ ਚੜ੍ਹੇ ਉਹ ਕੀ ਲੱਗਦੇ ਤੁਹਾਡੀ? ਮੇਰੇ ਵਾਲ ਕੀ ਨਾਮ ਹੈ ਜੀ ਉਹਨਾਂ ਦਾ ਜੀ? ਕੁਲਦੀਪ ਕਾਹ ਤੋਂ ਚੜ੍ਹੇ ਟੈਂਕੀ ਦੇ ਕੀ ਮਾਮਲਾ ਜੀ? ਮਾਮਲਾ ਤੰਗ ਪਰੇਸ਼ਾਨ ਕਰਨ ਦਾ, ਐਵੇਂ ਖਾਮ ਖਾਨ ਟਾਰਚਰ ਕਰਦਾ ਬੰਦਾ ਸੁਖਬੀਰ ਸਿੰਘ ਸੈਕਟਰੀ ਆ। ਕੌਣ ਹੈ ਜੀ ਉਹ ਬੰਦਾ? ਡਾਲੇ ਦਾ ਹੀ ਆ ਪਰ ਉਹ ਸੈਕਟਰੀ ਇੱਥੇ ਨਹੀਂ ਲੱਗਾ, ਪਰ ਦਖਲ ਅੰਦਾਜ਼ੀ ਵੱਧ ਕਰਦਾ। ਨਹੀਂ ਕਿਉਂ ਤੰਗ ਪਰੇਸ਼ਾਨ ਕਿਉਂ ਕਰ ਰਹੀ ਹੈ?
सरपंच है मेरी उम्र से नहीं सरपंच तो है तंग क्यों कर रहे सैकटरी को तंग कर रहे हो की कहें की है वो उन्होंने भी सरपंच बनाया से पहला कहें की है तंग क्यों कर दे उन्होंने दूसरे पास क्यों चली गई मैंबर वाली चली गई नहीं कि पार्टी ना जी पार्टी साढ़े कांग्रेसी है दूजी पार्टी जो जो बंद तंग करो कि पार्टी कांग्रेसी से दरखास्त साहब ने डीएसपी साहब ने एस एस पी मार्क करके कोई साड़ी सुनवाई नहीं की थी ना कोई डिबेट कराई है ना जो बंदे बयान दे के आए थे उन्होंने सद के कोई गलबात नहीं कराई सकते ਹੁਣ ਮੰਗ ਕੀ ਹੈ ਜੀ ਮੇਨ ਤੁਹਾਡੀ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਬਸ ਉਹ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਜਨਾਬ ਜੀ ਆਪਣੇ ਬਲਜਿੰਦਰ ਸਿੰਘ ਨੰਬਰਦਾਰ ਜੀ ਅੱਜ ਤੁਹਾਡੇ ਪਿੰਡ ਟੈਂਕੀ ਦੇ ਚੜੇ ਨੇ ਸਰਪੰਚ ਉਹਨਾਂ ਬਾਰੇ ਕੀ ਹੈ ਕੀ ਮਾਮਲਾ ਜੀ ਸਰ ਇਹ ਜੀ ਸਾਡੇ ਪਿੰਡ ਦੇ ਸਰਪੰਚ ਕੁਲਦੀਪ ਕੌਰ ਐਸੀ ਲੇਡੀ ਆ ਅਤੇ ਇਹ ਪਹਿਲਾਂ ਜਿਹੜਾ ਸਰਵੀਰ ਸਿੰਘ ਸੈਕਟਰੀ ਉਹਦੇ ਨਾਲ ਉਹਦੀ ਪਾਰਟੀ ਨਾਲ ਟੈ ਸੀਗੀ ਉਹਨੇ ਪਿਛਲੇ 7-8 ਮਹੀਨਿਆਂ ਤੋਂ ਉਹਨੂੰ ਛੱਡ ਕੇ ਸਾਡੀ ਪਾਰਟੀ ਨਾਲ ਅਟੈਚ ਹੋਈ ਆ ਕੋਰਮ ਪੂਰਾ ਹੋਇਆ ਪੰਚਾਇਤ ਆਪਦੇ ਕੰਮ ਕਰ ਰਹੀ ਆ ਸਹੀ ਤਰੀਕੇ ਨਾਲ ਉਹ ਕੰਮਾਂ ਦੇ ਵਿੱਚ ਵੀ ਦਖਲਅੰਦਾਜ਼ੀ ਕਰ ਰਿਹਾ ਅਡਾਲੇ ਦੇ ਵਿੱਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਕਰ ਰਿਹਾ ਅਤੇ ਇੱਕ ਕੋਈ ਕਮੇਟੀਆਂ ਦਾ ਚੱਕਰ ਆ ਕਮੇਟੀਆਂ ਕਮੇਟੀ ਜਿਹੜੀ ਪਾਈ ਸੀ ਉਹਨੇ ਇਹਨਾਂ ਦੇ ਕੋਲ ਸਰਪੰਚ ਸਾਹਿਬ ਦੇ ਕੋਲ ਉਹ ਇਹ ਦੋਨੇ ਕਮੇਟੀਆਂ ਆਪਦੀਆਂ ਚੱਕ ਕੇ ਲੈ ਗਿਆ ਡੀ ਐੱਸ ਪੀ ਸਾਹਿਬ ਦੇ ਕੋਲ ਬਿਆਨ ਦਰਜ ਵੀ ਕਰਵਾ ਕੇ ਆਏ ਆ ਦੋ ਕਮੇਟੀ ਮੈਂਬਰ ਜਿਹੜੇ ਵਿੱਚ ਸੀਗੇ ਕਮੇਟੀ ਦੇ ਵਿੱਚ ਸੀਗੇ ਅਤੇ ਜੇ ਮੁਕੱਦਮਾ 420 ਦਾ ਕਮੇਟੀ ਪਾਉਣ ਵਾਲੇ ਤਾਂ ਦਰਜ ਜਿਹਨੇ ਪਵਾਈ ਕਮੇਟੀ ਉਹਦੇ 'ਤੇ ਦਰਜ ਹੋ ਸਕਦਾ ਅਤੇ ਜਿਹਨੇ ਕਮੇਟੀ ਪਾਈ ਉਹਦੇ 'ਤੇ ਵੀ 420 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਉਹ ਵੀ ਉੱਡਾ ਹੀ ਦੋਸ਼ੀ ਆ ਜਿਹਨੇ ਉੱਪਰ ਇਹਨਾਂ ਦੇ ਉੱਪਰ ਪਰਚਾ ਕਰਵਾ ਰਹੇ ਉਹ ਕਿਹੜੀ ਪਾਰਟੀ ਨਾਲ ਸੰਬੰਧਿਤ ਨਹੀਂ ਪਾਰਟੀ ਨਾਲ ਤਾਂ ਕਿਸੇ ਨਾਲ ਸੰਬੰਧਿਤ ਕੁਛ ਨਹੀਂ ਜੀ ਪਿੰਡ ਦੇ ਵਿੱਚ ਪੰਚਾਇਤ ਸੈਕਟਰੀ ਲੱਗਾ ਉਹ ਕਿਤੇ ਹੋਰ ਪਿੰਡਾਂ ਦੇ ਵਿੱਚ ਲੱਗਿਆ ਵਾ ਸਾਡੇ ਪਿੰਡ ਟਾਲੇ ਨਹੀਂ ਲੱਗਾ ਹੈਗਾ ਪੰਚਾਇਤ ਸੈਕਟਰੀ ਹੁਣ ਇਹਨਾਂ ਦੀ ਮੰਗ ਕੀ ਹੈ ਜੀ ਮੰਗ ਇਹਨਾਂ ਦੀ ਇਹੀ ਆ ਜੀ ਜਿਹੜਾ 420 ਦਾ ਝੂਠਾ ਪਰਚਾ ਕਰਵਾਇਆ ਇਹ ਰੱਦ ਕੀਤਾ ਜਾਵੇ ਅਤੇ ਜੋ ਉਹਦੇ 'ਤੇ ਵੀ ਨਾਲ 420 ਦਾ ਮੁਕੱਦਮਾ ਦਰਜ ਕੀਤਾ ਜਾਵੇ ਕਿਉਂਕਿ ਕਮੇਟੀਆਂ ਦਾ ਕੰਮ ਆਨ ਲੀਗਲ ਆ ਅਤੇ ਇਹਦਾ ਜਿਹੜਾ ਪਾਉਣ ਵਾਲਾ ਵੀ ਉਨਾ ਦੋਸ਼ੀ ਆ ਜਿੰਨਾ ਕਿ ਪਵਾਉਣ ਵਾਲਾ ਹਾਂਜੀ ਸਰ ਚਲੋ ਸਰ ਦਿਓ ਜਾਣਕਾਰੀ ਜੋ ਸਰਪੰਚ ਨੇ ਟੈਂਕੀ 'ਤੇ ਚੜ੍ਹਾ ਕਾਰਨ ਇਹ ਜੀ ਆਪਣੇ ਕੁਲਦੀਪ ਕੌਰ ਸਰਪੰਚ ਪਿੰਡ ਡਾਲੇ ਦੇ ਜੀ ਇਹਨਾਂ ਦੇ ਅਗੇਂਸਟ ਇੱਕ ਐੱਫ ਆਈ ਆਰ ਨੰਬਰ 110 ਮਿਤੀ 4/10/22 ਅਧੀਨ ਧਾਰਾ 420 ਥਾਣਾ ਮਿਹਨਤ ਦਰਜ ਰਜਿਸਟਰ ਹੋਈ ਹੈ ਜੀ ਉਹਦੇ ਸੰਬੰਧ 'ਚ ਇਹ ਕਹਿ ਰਹੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਕੋਈ ਗੱਲਬਾਤ ਹੋਆ ਤੁਹਾਡੇ ਨਾਲ ਨਹੀਂ ਗੱਲਬਾਤ ਹਜੇ ਕੋਈ ਨਹੀਂ ਹੋਈ ਜੀ ਤਾਂ ਇਹਨਾਂ ਨੂੰ ਅਸੀਂ ਤਾਂ ਪਹਿਲਾਂ ਇਹਨਾਂ ਨੂੰ ਤਮੀਲ ਕਰਾਉਣੀ ਸੀ ਵੀ ਨੋਟਿਸ ਦੇਣੇ ਸੀ ਭਾਈ ਤੁਹਾਡੇ ਅਗੇਂਸਟ ਆ ਐੱਫ ਆਈ ਆਰ ਹੈ ਤੁਸੀਂ ਆਪਦੀ ਅਪੀਲ ਦਲੀਲ ਕੋਰਟ 'ਚ ਕਰ ਸਕਦੇ ਕਿੰਨੇ ਵਜੇ ਚੜ੍ਹਿਆ ਟੈਂਕੀ 'ਤੇ ਅੱਜ ਚੜ੍ਹੇ ਸੁਬਹਾ 5 ਵਜੇ ਦੇ ਕਰੀਬ